ਕਹਿੰਦੇ ਬੜਾ ਕੰਮ ਕੀਤਾ ਸੀ ਬਸੰਤ ਸਿਉਣੇ ਆਪਣੇ ਵੇਲਿਆਂ ਚ ਤੇ ਉਹਦੀ ਮਿਹਨਤ ਸਦਕਾ ਉਹਨੇ ਕਾਫੀ ਜ਼ਮੀਨ ਬਣਾ ਲਈ ਸੀ। ਸਾਰਾ ਪਿੰਡ ਉਹਦੇ ਮਿਹਨਤੀ ਸੁਭਾਅ ਨੂੰ ਦੇਖ ਕੇ ਉਹਦੀਆਂ ਸਿਫਤਾਂ ਕਰਦਾ ਨਹੀਂ ਸੀ ਥੱਕਦਾ। ਜੇ ਇੱਕ ਗੱਲ ਚ ਸਾਰਾ ਕੁਛ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਵੀ ਫੁੱਲ ਚੜਾਈ ਸੀ ਉਹਦੀ ਆਪਦੇ ਟਾਈਮ ਚ। ਪਰ ਅੱਜ ਉਹ ਆਪਣੀ ਉਮਰ ਦੇ ਆਖਰੀ ਪੜਾਅ ਚ ਮੰਜੇ ਤੇ ਪਿਆ ਹੰਝੂ ਵਹਾ ਰਿਹਾ ਸੀ ਕਿਉਂਕਿ ਜਿਹੜਾ ਘਰ ਉਹਨੇ ਆਪਣੇ ਖੂਨ ਪਸੀਨੇ ਵਹਾ ਕੇ ਖੜਾ ਕੀਤਾ ਸੀ ਉਹਦੀਆਂ ਵੰਡੀਆਂ ਪੈਣ ਲੱਗੀਆਂ ਸੀ। ਅੱਜ ਤਾਂ ਬਟਾਲੀ ਤੋਂ ਉਹਦੇ ਘਰ ਚ ਕਲੇਸ਼ ਚੱਲ ਰਿਹਾ ਸੀ। ਨੀ ਆ ਕੇ ਮਿਲ ਜਾਂਦੀ ਆ ਭਾਂਡੇ ਮਾਂਜੇ ਤੈਨੂੰ ਦਿਸਦਾ ਨੀਗਾ ਕੋਰਾ ਹੌਲੀ ਨੀ ਮਾਂਜ ਹੁੰਦੇ ਘਰ ਵਿੱਚ ਖੱਟਾ ਕਿੰਨਾ ਪੈ ਰਿਹਾ ਇੰਨਾ ਹੀ ਆ ਤਾਂ ਤੂੰ ਹੀ ਮਾਂਜ ਲਾ ਤੇਰੇ ਟੱਪਣ ਦੇ ਭਾਂਡੇ ਵੀ ਮੈਂ ਹੀ ਮਾਂਜਾ ਇੱਦਾਂ ਹੀ ਇੰਨੀ ਜੂੜ ਛੱਡੀ ਹੁੰਦੀ ਆ ਰੋਟੀਆਂ ਤਾਂ ਸਾਰੇ ਟੱਪਰ ਦੀਆਂ ਮੈਂ ਹੀ ਬਣਾਉਂਦੀ ਆ ਤੇਰਾ ਕਸਮ ਤਾਂ ਬਸ ਹੀ ਨੀ ਕਰਦਾ ਹੈਗਾ ਛੇ ਛੇ ਰੋਟੀਆਂ ਘੱਟ ਜਾਂਦਾ ਆ ਉਹ ਕੀ ਹੋ ਗਿਆ ਸਵੇਰੇ ਸਵੇਰੇ ਕਲੇਸ਼ ਪਾ ਕੇ ਬਹਿ ਗਏ ਹੋ ਆ ਵੇਖ ਲਓ ਜੀ ਕਿੰਨੀ ਜ਼ੋਰ ਜ਼ੋਰ ਦੀ ਭਾਂਡੇ ਮਾਂਜਾ ਲੱਗੀ ਹੋਈ ਆ ਉੱਤੋਂ ਕਹਿੰਦੀ ਤੁਹਾਡਾ ਟੱਬਰ ਜੂੜ ਬੜੀ ਛੱਡਦਾ ਆ ਅੱਜ ਸੁਣਿਓ ਜੀ ਤੁਸੀਂ ਵੀ ਕੀ ਹੋ ਗਿਆ ਵੇਖ ਲਓ ਜੀ ਕਿਵੇਂ ਲੜਨ ਲੱਗੀ ਹੋਏ ਮੇਰੇ ਨਾਲ ਦੋਨੋਂ ਜਣੇ ਸਵੇਰੇ ਸਵੇਰੇ ਕੀ ਪਰੇਸ਼ਾਨੀ ਆ ਤੇਰੀ ਓਏ ਆ ਆਪ ਦੇ ਆਈ ਨੂੰ ਸਮਝਾ ਕੇ ਰੱਖ ਕੀ ਸਮਝਾ ਕੇ ਰੱਖ ਇੱਕ ਤਾਂ ਅਗਲੀ ਕੰਮ ਕਰਦੀ ਆ ਤੇ ਮੇਰੀ ਵਾਲੀ ਕਿਤੇ ਕੰਮ ਨਹੀਂ ਕਰਦੀ ਤੈਨੂੰ ਦੱਸਾਂ ਮੈਂ ਹਾਂ ਦੱਸ ਪੂਰੀ ਚਮਕ ਨਾਲ ਚਮਕੀ ਜਾ ਰਹੀ ਸੀ ਵਿਹੜੇ ਚ ਪਿਆ ਬਸੰਤ ਸਿੰਘ ਵੀ ਉਹਨਾਂ ਤਾਰਿਆਂ ਨੂੰ ਦੇਖੀ ਜਾ ਰਿਹਾ ਸੀ ਕਿਉਂਕਿ ਹੁਣ ਅੱਜ ਨੀਂਦ ਨਹੀਂ ਸੀ ਆ ਰਹੀ ਵਾਰ ਵਾਰ ਉਹਦੀਆਂ ਅੱਖਾਂ ਦੇ ਪੁਰਾਣੇ ਦਿਨ ਆ ਰਹੇ ਸੀ ਚਲੋ ਉਹਨੇ ਆਪਣੇ ਬਾਪੂ ਨਾਲ ਮਿਲ ਕੇ ਇਹ ਜ਼ਮੀਨਾਂ ਤਿਆਰ ਕੀਤੀਆਂ ਸੀ ਜਦੋਂ ਬਸੰਤ ਸਿੰਘ ਦਾ ਬਾਪੂ ਕਹਿੰਦਾ ਹੁੰਦਾ ਪੁੱਤ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਆ ਤੇ ਮਾਂ ਵੀ ਕਦੀ ਵੰਡੀ ਜਾਂਦੀ ਆ ਕਦੇ ਬਸੰਤ ਸਿੰਘ ਨੂੰ ਉਹ ਪਲ ਯਾਦ ਆ ਰਹੇ ਸੀ ਜਦ ਉਹਦੀ ਘਰ ਵਾਲੀ ਨੇ ਆਪਣੇ ਛੋਟੇ ਪੁੱਤ ਦਾ ਨਾਮ ਫਤਿਹ ਸਿੰਘ ਰੱਖਿਆ ਤੇ ਵੱਡੇ ਦਾ ਨਾਮ ਜ਼ੋਰਾਵਰ ਸਿੰਘ ਉਹਦੀ ਘਰ ਵਾਲੀ ਹਮੇਸ਼ਾ ਕਹਿੰਦੀ ਹੁੰਦੀ ਮੇਰੇ ਪੁੱਤ ਵੀ ਸਾਹਿਬਜ਼ਾਦਿਆਂ ਵਾਂਗ ਆਪਣੇ ਪਿਓ ਦਾ ਨਾਂ ਚਮਕਾਉਣਗੇ ਇਹਨਾਂ ਚ ਵੀ ਓਨਾ ਹੀ ਪਿਆਰ ਹੋਏਗਾ ਜਿੰਨਾ ਸਾਹਿਬਜ਼ਾਦਿਆਂ ਚ ਸੀ ਇਹ ਯਾਦ ਆਉਣ ਤੇ ਫਿਰ ਬਸੰਤ ਸਿੰਘ ਦੀਆਂ ਅੱਖਾਂ ਨੇ ਪਾਣੀ ਆ ਗਿਆ ਬਸ ਇਸੇ ਤਰ੍ਹਾਂ ਸੋਚਾਂ ਫਿਕਰਾਂ ਨੇ ਪੂਰੀ ਰਾਤ ਲੰਘ ਗਈ ਹਾਲੇ ਸਵੇਰ ਦੇ 9 ਕੀ ਵਜੇ ਸੀ ਕਿ ਬਸੰਤ ਸਿੰਘ ਦੀ ਧੀ ਆ ਗਈ ਤੇ ਹੌਲੀ ਹੌਲੀ ਕੁਝ ਹੋਰ ਸੱਜਣ ਰਿਸ਼ਤੇਦਾਰ ਵੀ ਆ ਗਏ ਜਿਨ੍ਹਾਂ ਨੂੰ ਬਟਵਾਰੀ ਲਈ ਸੱਦਾ ਦਿੱਤਾ ਗਿਆ ਸੀ ਕੁਝ ਦੇਰ 'ਚ ਹੌਲੀ ਹੌਲੀ ਸਾਰੀ ਸਮਾਨ ਦੀ ਵੰਡ ਉੱਤੀ ਹੁਣ ਮੁੰਡਿਆਂ ਦੇ ਚਿਹਰਿਆਂ 'ਤੇ ਵੀ ਮੁਸਕਾਨ ਹੋਣ ਲੱਗ ਪਈ ਸੀ ਆਉਂਦੀ ਵੀ ਕਿਉਂ ਨਾ ਹੁਣ ਮੁਖਤਿਆਰੀ ਉਹਨਾਂ ਦੇ ਹੱਥ 'ਚ ਜੋ ਆ ਗਈ ਸੀ ਇੱਕ ਰਿਸ਼ਤੇਦਾਰ ਨੇ ਬਸੰਤ ਸਿੰਘ ਨੂੰ ਵੀ ਪੁੱਛ ਲਿਆ ਹਾਂ ਵੀ ਬਸੰਤ ਸਿੰਘ ਤੂੰ ਦੱਸ ਤੂੰ ਕਿਹੜੇ ਪੁੱਤ ਬਣਾਉਣਾ ਇਹ ਤੋਂ ਪਹਿਲਾਂ ਕਿ ਬਸੰਤ ਸਿੰਘ ਕੁਝ ਬੋਲਦਾ ਵੱਡਾ ਮੁੰਡਾ ਬੋਲ ਗਿਆ ਬਾਪੂ ਮੈਨੂੰ ਪਤਾ ਤੁਸੀਂ ਛੋਟੇ ਨੂੰ ਬਹੁਤ ਪਿਆਰ ਕਰਦੇ ਹੋ ਸ਼ੁਰੂ ਤੋਂ ਹੀ ਉਹ ਤੁਹਾਡਾ ਲਾਡਲਾ ਮੈਂ ਨਹੀਂ ਚਾਹੁੰਦਾ ਤੁਸੀਂ ਛੋਟੇ ਬਿਨਾਂ ਤੜਫਦੇ ਰਹੋ ਇਸ ਲਈ ਤੁਸੀਂ ਛੋਟੇ ਵੱਲ ਹੀ ਹੋ ਜਾਓ ਮੈਂ ਆਪੇ ਕਰ ਲੂ ਵਗੈਰਾ ਛੋਟਾ ਵੀ ਨਾਲ ਹੀ ਬੋਲ ਪਿਆ ਬਾਪੂ ਜੀ ਤੁਹਾਨੂੰ ਵੀ ਪਤਾ ਛੋਟੀ ਨੂੰ ਬਿਮਾਰ ਰਹਿੰਦੀ ਆ ਉੱਤੋਂ ਨਿਆਣੇ ਵੀ ਅਜੇ ਛੋਟੇ ਆ ਇਹ ਤੋਂ ਵਿਚਾਰੀ ਤੋਂ ਤੁਹਾਡੀ ਰੱਜ ਕੇ ਸੇਵਾ ਸੁਵਾ ਨਹੀਂ ਹੋਣੀ ਉੱਤੋਂ ਮੈਂ ਵੀ ਸਾਰਾ ਦਿਨ ਖੇਤੀ ਹੁੰਦਾ ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਸੇਵਾ 'ਚ ਕੋਈ ਕਮੀ ਰਹੇ ਅੱਗੇ ਤੁਹਾਡੀ ਮਰਜ਼ੀ ਹੈ ਤੁਸੀਂ ਜੋ ਮਰਜ਼ੀ ਫੈਸਲਾ ਕਰ ਲਓ ਦੋਵਾਂ ਪੁੱਤਾਂ ਨੇ ਇੱਕ ਵਾਰ ਆਪਣਾ ਆਪਣਾ ਪੱਖ ਰੱਖ ਦਿੱਤਾ
ਬਾਹੂ ਨੂੰ ਖੇੜਾ ਕਰਵਾਉਣ ਲਈ। ਉੱਥਾਂ ਦੀਆਂ ਗੱਲਾਂ ਸੁਣ ਕੇ ਬਸੰਤ ਸਿਉਂ ਅੰਦਰੋਂ ਅੰਦਰ ਬੇਚੈਨ ਹੋਣ ਲੱਗਾ। ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਸੀ ਤੇ ਅਸਮਾਨ ਘੁੰਮਣ ਲੱਗ ਪਿਆ ਸੀ। ਉਹਨੂੰ ਲੱਗ ਰਿਹਾ ਸੀ ਜਿਵੇਂ ਵਿਹੜੇ 'ਚ ਲੱਗਾ ਨਿੰਮ ਦਾ ਦਰਖਤ ਵੀ ਉਹਦੇ ਉੱਤੇ ਹੱਸ ਰਿਹਾ ਹੋਵੇ। ਬਿਲਕੁਲ ਖਾਲੀ ਮਹਿਸੂਸ ਕਰ ਰਿਹਾ ਸੀ। ਉਹ ਚਾਹੁੰਦਾ ਸੀ ਕਿ ਉਸਨੂੰ ਇਸੇ ਵਕਤ ਮੌਤ ਆ ਜਾਵੇ, ਸਾਰਾ ਯੱਬ ਹੀ ਮੁੱਕ ਜਾਵੇ। ਇਹਨੇ ਨੂੰ ਟਰੰਕ ਦੀ ਆਵਾਜ਼ ਬਸੰਤ ਸਿੰਘ ਨੂੰ ਸੋਚਣ ਲਈ ਸਮੁੰਦਰ ਚੋਂ ਬਾਹਰ ਖਿੱਚ ਕੇ ਲੈ ਆਈ। ਕਿਸੇ ਨੇ ਬਸੰਤ ਸਿੰਘ ਦਾ ਟਰੰਕ ਚੁੱਕ ਲਿਆ ਸੀ। ਕੌਣ ਸੀ ਉਹ? ਬਸੰਤ ਸਿੰਘ ਦੀ ਉਪਲੌਤੀ ਧੀ ਉਹਦੇ ਅੱਗੇ ਉਹਦਾ ਟਰੰਕ ਚੁੱਕੀ ਖੜੀ ਸੀ। ਕਹਿੰਦੀ, ਬਾਪੂ ਤੂੰ ਮੇਰੇ ਨਾਲ ਚੱਲ, ਤੂੰ ਕਿਵੇਂ ਭੁੱਲ ਗਿਆ ਕਿ ਤੇਰੀ ਇੱਕ ਧੀ ਵੀ ਆ? ਕੀ ਹੋਇਆ ਜੇ ਤੈਨੂੰ ਮੇਰੇ ਜੰਮਣ ਵੇਲੇ ਖੁਸ਼ੀ ਨਹੀਂ ਹੋਈ? ਨਾ ਘੱਟੋ ਘੱਟ ਅੱਜ ਤਾਂ ਤੈਨੂੰ ਖੁਸ਼ੀ ਹੋਊ ਕਿ ਤੇਰੀ ਇੱਕ ਧੀ ਵੀ ਆ। ਤੂੰ ਫਿਕਰ ਨਾ ਕਰ ਬਾਪੂ, ਮੈਂ ਕਰੂੰਗੀ ਤੇਰੀ ਸੇਵਾ। ਤੂੰ ਫਿਕਰ ਨਾ ਕਰ, ਜੇ ਤੇਰੇ ਦੋਨੋਂ ਪੁੱਤ ਜਿਉਂਦੇ ਜੀ ਮਰ ਗਏ ਤਾਂ ਹਲੇ ਜਿਉਂਦੀ ਆ ਤੇਰੀ ਧੀ, ਤੂੰ ਮੇਰੇ ਨਾਲ ਚੱਲ ਬਾਪੂ। ਇਹਨਾਂ ਬੋਲਦਿਆਂ ਬੋਲਦਿਆਂ ਬਸੰਤ ਸਿੰਘ ਦੀ ਧੀ ਦੀਆਂ ਅੱਖਾਂ ਚੋਂ ਪਾਣੀ ਧਿਪ ਧਿਪ ਵਗਣ ਲੱਗਿਆ ਤੇ ਨਾਲ ਹੀ ਉਹਨੂੰ ਬਾਹੋਂ ਫੜ ਕੇ ਆਪਣੇ ਨਾਲ ਲੈ ਤੁਰੀ। ਦੋਵੇਂ ਮੁੰਡਿਆਂ ਦੇ ਸਿਰ ਸ਼ਰਮ ਨਾਲ ਝੁਕ ਗਏ ਤੇ ਬਸੰਤ ਸਿੰਘ ਪੁੱਲੇ ਪੁੱਲੇ ਕਦਮਾਂ ਨਾਲ ਆਪਣੇ ਘਰ ਨੂੰ ਬੇਗਾਨਾ ਹੋਇਆ ਦੇਖਦੇ ਦੇਖਦੇ ਦਰਵਾਜ਼ੇ ਨੂੰ ਬਾਹਰ। ਮੰਨਤਾਂ ਚ ਪੁੰਡਾ ਮੰਗਦੇ ਰਹੇ ਪਰ ਬੁਢਾਪੇ ਵਿੱਚ ਸਾਭਿਆ ਧੀ ਨੇ